ਕਮ ਟੂ ਆਲ ਆਫ ði ਸਵਾਗਤਿਤ ਹੋੜੇ ਆਪਣੇ ਚੈਨਲ ਐਮ ਐਸ ਡਬਲਯੂ ਸਟਡੀ ਦੇ ਵਿੱਚ ਔਰ ਜਿਹੜੀ ਕਿ ਕੱਲ ਦੀ ਇੱਕ ਬੈਰਲ ਇਹ ਪੀਡੀਐਫ ਹੋਰੀਆ ਕਿ ਮਾਸਟਰ ਕੈਡਰ ਪੰਜਾਬੀ ਐਸ ਐਸ ਟੀ ਜਿੰਨੇ ਵੀ ਵਿਸ਼ੇਗੇ ਸਾਇੰਸ ਮੈਥ ਹਿੰਦੀ ਤਾਂ ਸਾਰਿਆਂ ਨੇ ਕਹਿੰਦੇ ਕਿ ਵੱਖ-ਵੱਖ ਵਿਸ਼ਿਆਂ ਦੀ ਡੇਟਸ਼ੀਟ ਐਗਜ਼ਾਮ ਦੀ ਆ ਚੁੱਕੀ ਹੈ ਹੁਣ ਬਹੁਤ ਸਾਰੇ ਸਟੂਡੈਂਟ ਕਮੈਂਟ ਕਰ ਰਹੇ ਨੇ ਬਰਸਪਤੇ ਕਿ ਕੀ ਆਫੀਸ਼ੀਅਲ ਹੈ ਆਫੀਸ਼ੀਅਲ ਹੈ ਕਿਉਂਕਿ ਆਫੀਸ਼ੀਅਲ ਵੈਬਸਾਈਟ ਤੇ ਹਲੇ ਨੋਟਿਸ ਦਿਖਾਈ ਨਹੀਂ ਦੇ ਰਿਹਾ ਉਸ ਦਾ ਸਬੂਤ ਮੈਂ ਦਿਖਾ ਰਿਹਾ ਹਾਂ ਬਿਲਕੁਲ ਇਹ ਆਫੀਸ਼ੀਅਲ ਹੈ ਜਾਂ ਨਹੀਂ ਹੈ ਔਰ ਨਾਲ ਹੀ ਮੈਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਪੰਜਾਬੀ ਐਸਐਸਟੀ ਦੀ ਤਿਆਰੀ ਕਰ ਰਹੇ ਹੋ ਪੰਜਾਬੀ ਐਸਐਸਟੀ ਦੀ ਤਿਆਰੀ ਕਰ ਰਹੇ ਹੋ ਤਾਂ 140 ਪਲੱਸ ਅੰਕ ਤੁਸੀਂ ਕਿਵੇਂ ਲੈ ਸਕਦੇ ਹੋ ਸਿਰਫ 15 ਦਿਨਾਂ ਦੇ ਵਿੱਚ ਬਿਲਕੁਲ ਫ੍ਰੀ ਵੀਡੀਓ ਰਹੀਂ ਤੇ ਕੁਝ ਪੇਡ ਵੀਡੀਓ ਤੁਹਾਨੂੰ ਦੱਸਾਂਗਾ ਤੇ ਤੁਹਾਨੂੰ ਇੱਕ ਬੁੱਕ ਵੀ ਦੱਸਾਂਗਾ ਤੇ ਜਿਹਨੂੰ ਜਿਹਦੇ ਨਾਲ ਤੁਸੀਂ ਪੰਜਾਬੀ ਨੂੰ ਕਰੈਕ ਕਰ ਸਕਦੇ ਹੋ ਠੀਕ ਹੈ ਤਾਂ ਐਂਡ ਤੱਕ ਵੀਡੀਓ ਨੂੰ ਜਰੂਰ ਸੁਣਿਓ ਬਣੇ ਰਹੋ ਤੇ ਮੈਂ ਤੁਹਾਨੂੰ ਦਿਖਾਣਾ ਕਿ ਨੋਟਸ ਜਿਹੜਾ 27 ਸਤ ਨੂੰ ਦਿੱਤਾ ਗਿਆ ਇਹਦੇ ਵਿੱਚ ਲਿਖਿਆ ਕੀ ਆ ਗਿਆ ਇਹ ਬਿਲਕੁਲ ਮੈਂ ਤੁਹਾਨੂੰ ਇਹ ਹੀ ਦੱਸ ਦਿੰਦਾ ਕਿ ਨੋਟਸ ਅਫੀਸ਼ੀਅਲ ਹੈ ਇਹ ਬਿਲਕੁਲ ਅਫੀਸ਼ੀਅਲ ਹੈ ਕਿਉਂਕਿ ਸਾਈਨ ਲੱਗੇ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਡੇਟ ਵੀ ਲਿਖੀ ਆ 27/7/2022 ਇੱਥੇ ਡੇਟ ਵੀ ਲਿਖੀ ਆ ਪਰ ਇਥੇ ਇੱਕ ਥੋੜਾ ਜਿਹਾ ਕਪੜਾ ਕੀ ਹੈ ਉਹ ਵੀ ਤੁਹਾਨੂੰ ਦੱਸਦਾ ਦੇਖੋ ਇਹ ਪਬਲਿਕ ਨੋਟਸ ਹੈ ਜਿਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ 835 ਹੈਂਡੀਕੈਪਡੀਆਂ ਬੈਕਲੌਗ ਦੀਆਂ ਅਸਾਮੀਆਂ ਪਹਿਲਾਂ ਦੀਆਂ ਸੀ ਹਿੰਦੀ ਦੀਆਂ 4 ਅਸਾਮੀਆਂ ਪਹਿਲਾਂ ਦੀਆਂ ਪਈਆਂ ਸੀ ਜੇਲ੍ਹ ਭਗ ਦੀਆਂ 4 ਅਸਾਮੀਆਂ ਪਈਆਂ ਸੀ ਤੇ 598 ਵੱਖ-ਵੱਖ ਵਿਸ਼ਿਆਂ ਦੀਆਂ ਜਿਹੜੀਆਂ ਅਸਾਮੀਆਂ ਸੀ ਮਾਸਟਰ ਕੇਡਰ ਦੀਆਂ ਬੈਕਲੌਗ ਦੀਆਂ ਉਹ ਸਾਰੀਆਂ ਵਿੱਚ ਜੋੜ ਕੇ ਲਗਭਗ 4900 ਅਸਾਮੀ ਬਣਾ ਕੇ ਇਹਨਾਂ ਨੇ 4908 ਕੁਝ ਬਣਦੀਆਂ ਨੇ ਠੀਕ ਹੈ ਇਹ ਅਸਾਮੀਆਂ ਦਾ ਜਿਹੜਾ ਟੈਸਟ ਨਿਰਧਾਰਤ ਕਰ ਦਿੱਤਾ ਗਿਆ ਕਿ ਟੈਸਟ ਹੋਏਗਾ 150 ਅੰਕਾਂ ਦਾ ਟੈਸਟ ਹੋਏਗਾ ਹਰ ਔਰ 2.5 ਘੰਟਿਆਂ ਦਾ ਸਮਾਂ ਹੋਏਗਾ ਠੀਕ ਹੈ ਤਾਂ 2.5 ਘੰਟਿਆਂ ਦਾ ਸਮਾਂ ਹੋਏਗਾ ਸਮਾਂ ਕਾਫੀ ਹੈ ਕੁਵਚਨ ਬਹੁਤ ਘਾਟਾ ਮੇਰੇ ਅਕੋਰਡਿੰਗ ਤਾਂ ਠੀਕ ਰਹੇਗਾ ਇਹ ਨਾ ਹੋਵੇ ਕਿ ਤੁਸੀਂ ਸੋਚੋਗੇ ਕਿ ਸਮਾਂ ਸਾਡੇ ਕੋਲੇ ਘਟ ਜਾਏਗਾ ਸਮਾਂ ਵਾਧੂ ਰਹੇਗਾ ਪਰ ਤਿਆਰੀ ਆਪਣੀ ਬੈਸਟ ਕਰੋ ਤੇ ਤਿਆਰੀ ਵੈਸਟ ਕਿਵੇਂ ਕਰਨੀ ਹੈ ਐਸਐਸਟੀ ਪੰਜਾਬੀ ਦੀ ਧਮਾਕੇਦਾਰ ਸਟਡੀ ਮੈਂ ਤੁਹਾਨੂੰ ਐਂਡ ਤੱਕ ਦੱਸ ਕੇ ਜਾਵਾਂਗਾ ਤੇ ਮੁੜ ਕੇ ਤੁਹਾਨੂੰ ਕਿਸੇ ਕਿਤਾਬ ਚੱਕਣ ਦੀ ਜ਼ਰੂਰਤ ਨਹੀਂ ਪੈਗੀ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿ ਇੱਥੇ ਬਾਕੀ ਜਿਹੜੀਆਂ ਨਾਰਮਲ ਗੱਲਾਂ ਨੇ ਤੁਸੀਂ ਆਪ ਵੀ ਪੜ ਲਿਓ ਹੁਣ ਇੱਥੇ ਇੱਕ ਚੀਜ਼ ਆ ਯਾਰ ਇੱਥੇ ਗਲਤ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ ਠੀਕ ਹੈ 12 ਵਜੇ ਤੱਕ ਸੋਸ਼ਲ ਸਾਇੰਸ ਦਾ ਪੇਪਰ ਇਹਨਾਂ ਨੇ ਰੱਖਿਆ ਠੀਕ ਹੈ ਸੋਸ਼ਲ ਸਾਇੰਸ ਦਾ ਪੇਪਰ ਰੱਖਿਆ ਤੇ 21 ਤਰੀਕ ਨੂੰ ਹੀ ਐਤਵਾਰ ਸ਼ਾਮ 2:30 ਵਜੇ ਤੋਂ 5 ਤੱਕ ਪੰਜਾਬੀ ਦਾ ਪੇਪਰ ਰੱਖਿਆ ਹੁਣ ਜਿਨ੍ਹਾਂ ਦਾ ਕੰਬੀਨੇਸ਼ਨ ਐਸਐਸਟੀ ਪੰਜਾਬੀ ਹੈ SST ਪੰਜਾਬੀ ਪੇਪਰ ਜਿੰਨਾ ਦਾ ਕੰਬੀਨੇਸ਼ਨ ਹੈ ਤਾਂ ਇੱਥੇ ਚਾਹੀਦਾ ਸੀ ਕਿ ਦੋਨਾਂ ਦਾ ਪੇਪਰ ਦਾ ਇੱਕ ਦਿਨ ਦਾ ਵੀ ਚਾਹੇ ਫਰਕ ਪੈ ਜਾਂਦਾ ਤਾਂ ਵਧੀਆ ਗੱਲ ਸੀ ਠੀਕ ਹੈ ਤਾਂ ਇੱਕ ਦਿਨ ਚ ਹੀ ਦੋਨੋਂ ਕੰਬੀਨੇਸ਼ਨ ਦੇ ਪੇਪਰ ਕਿਉਂਕਿ ਬਹੁਤ ਸਾਰੇ ਸਟੂਡੈਂਟਾਂ ਨੇ ਦੋਨੋਂ ਪੇਪਰ ਭਰੇ ਆ ਉਹਨਾਂ ਨੇ ਸੋਸ਼ਲ ਸਾਇੰਸ ਵੀ ਭਰੇ ਆ ਪੰਜਾਬੀ ਵੀ ਭਰੇ ਆ ਤਾਂ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਊਗਾ ਠੀਕ ਹੈ ਉਹ ਫੌਕਸ ਕਿਸਤੇ ਕਰਨਾ ਤਾਂ ਉਸ ਲਈ ਇਹ ਚੀਜ਼ ਮੈਨੂੰ ਗਲਤ ਲੱਗ ਰਹੀ ਹੈ ਤੁਸੀਂ ਵੀ ਸੋਚੋ ਕਿ ਕਮੈਂਟ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਠੀਕ ਹੈ ਤਾਂ ਮੇਰੇ ਅਕੋਰਡਿੰਗ ਇਹਨਾਂ ਦੋਨਾਂ ਪੇਪਰਾਂ ਦੇ ਵਿੱਚੋਂ ਕਿਸੇ ਇੱਕ ਪੇਪਰ ਦੀ ਡੇਟ ਦਾ ਕਰ ਦੋ ਚਾਹੇ ਪੰਜਾਬੀ ਦਾ ਕਰ ਦੋ ਠੀਕ ਹੈ ਕੋਈ ਬਾਕੀ ਪੇਪਰਾਂ ਦੀ ਕੋਈ ਹੋਣੀ ਹੁੰਦਾ ਕਿਉਂਕਿ ਬਾਕੀ ਪੇਪਰ ਤਾਂ ਸੇਮ ਹੀ ਆਇਆ ਕਿਉਂਕਿ ਬਾਕੀ ਬਾਕੀ ਪੇਪਰ ਦਾ ਮਤਲਬ ਜੇ ਹੁਣ ਜਿਹਦਾ ਪੰਜਾਬੀ ਹਿੰਦੀ ਹੈ ਤਾਂ ਹਿੰਦੀ ਦੀ ਅਲੱਗ ਡੇਟ ਹੋਗੀ ਠੀਕ ਹੈ ਜਿਹਦਾ ਇੰਗਲਿਸ਼ ਹਿੰਦੀ ਹੈ ਪੰਜਾਬੀ ਇੰਗਲਿਸ਼ ਹੈਗਾ ਤਾਂ ਉਹਦੀ ਵੀ ਅਲੱਗ ਡੇਟ ਹੋਗੀ ਪਰ ਪੰਜਾਬੀ ਤੇ ਐਸਐਸਟੀ ਵਾਲਿਆਂ ਨੂੰ ਇੱਥੇ ਮਾਰ ਪੈ ਰਹੀ ਹੈ ਪਹਿਲਾਂ ਹੀ ਪੋਸਟਾਂ ਦੇ ਵਿੱਚ ਵੀ ਮਾਰ ਪੈ ਰਹੀ ਹੈ ਤੇ ਇੱਥੇ ਵੀ ਮਾਰ ਪੈ ਰਹੀ ਹੈ ਇਹ ਬਿਲਕੁਲ ਸਰਾਸਰ ਗਲਤ ਮੰਨਦਾ ਇਸ ਚੀਜ਼ ਨੂੰ ਮੈਂ ਔਰ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆ ਇਸ ਪੋਸਟ ਦੇ ਬਾਰੇ ਠੀਕ ਹੈ ਲਗਭਗ ਅਫੀਸ਼ੀਅਲ ਕਿਵੇਂ ਆ ਔਰ ਤੁਹਾਨੂੰ ਮੈਂ ਸਬੂਤ ਦਿਖਾਉਣਾ ਆ ਤੁਸੀਂ ਚੈੱਕ ਕਰ ਲਓ ਇਹ ਅਫੀਸ਼ੀਅਲ ਬਿਲਕੁਲ ਅਫੀਸ਼ੀਅਲ ਆ ਤੁਸੀਂ ਦੇਖ ਸਕਦੇ ਹੋ ਕਿ ਮਿੰისტਰ ਸਾਹਿਬ ਹਰਜੋਤ ਬੈਂਸ ਦਾ ਅਫੀਸ਼ੀਅਲ ਅਕਾਊਂਟ ਹੈ ਟਵਿੱਟਰ ਤੇ ਜਿੱਥੇ ਕਿ ਉਹਨਾਂ ਨੇ ਪਾਇਆ ਹੈ ਕਿ ਐਵਰੀ ਸਕੂਲ ਆਫ ਪੰਜਾਬ ਵਿਲ ਹੈਵ ਫੁੱਲ ਟੀਚਰ ਸਟ੍ਰੈਂਥ ਵਿਥ ਇਨ ইਅਰ ਕਹਿੰਦੇ ਵੀ ਇਸ ਇਅਰ ਦੇ ਵਿੱਚ ਅਸੀਂ ਸਾਰੇ ਜਿੰਨੇ ਸਕੂਲ ਹੈ ਟੀਚਰ ਫੁੱਲ ਕਰ ਦਾਂਗੇ ਕਿਤੇ ਵੀ ਟੀਚਰ ਦੀ ਘਾਟ ਨਹੀਂ ਰਹੂਗੀ ਠੀਕ ਆ ਉੱਥੇ ਇਹ ਉਹਨਾਂ ਨੇ ਇਹ ਨੋਟੀਫਿਕੇਸ਼ਨ ਵੀ ਸ਼ੇਅਰ ਕੀਤਾ ਕਿ ਅਸੀਂ ਪੇਪਰਾਂ ਦੀ ਡੇਟ ਐਲਾਨ ਦਿੱਤੀ ਗਈ ਹੈ ਹੁਣ ਇੱਥੋਂ ਤੁਹਾਨੂੰ ਯਕੀਨ ਹੋ ਜਾਣਾ ਚਾਹੀਦਾ ਕੋਈ ਸ਼ੰਕਾ ਨਹੀਂ ਰਹਿ ਜਾਣਾ ਚਾਹੀਦਾ ਕਿ ਇਹ ਬਿਲਕੁਲ ਅਫੀਸ਼ੀਅਲ ਨੋਟਿਸ ਹੈ ਹਰਜੋਤ ਬੈਂਸ ministry ਵੱਲੋਂ ਦੱਸ ਦਿੱਤਾ ਗਿਆ ਠੀਕ ਹੈ ਜੀ ਸੋ ਮਾਸਟ ਕੀਰ ਕਯੂਟ ਮੈਟ ਇਹਨਾਂ ਨੇ ਸਪੈਸ਼ਲ ਲਿਖਿਆ ਵੀ ਹੈ 4902 ਪੋਸਟਾਂ ਜਿਨ੍ਹਾਂ ਵਾਸਤੇ ਪੇਪਰ ਦੀ ਵੱਖ-ਵੱਖ ਡੇਟ ਸ਼ੀਟ ਆ ਚੁੱਕੀ ਹੈ ਹੁਣ ਗੱਲ ਆਜੋ ਪੰਜਾਬੀ ਦੀ ਤਿਆਰੀ ਕਿਵੇਂ ਕਰਨੀ ਹੈ ਤੇ ਐਸਐਸਟੀ ਦੀ ਤਿਆਰੀ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਗੱਲ ਕਰਦਾ ਮੈਂ ਐਸਐਸਟੀ ਦੀ ਐਸਐਸਟੀ ਦੇ 140 ਪਲੱਸ ਅੰਕ ਕਿਵੇਂ ਚਾਣਗੇ ਤੁਹਾਡੇ ਠੀਕ ਹੈ ਉਸ ਦੀ ਗੱਲ ਕਰ ਲੈਣੇ ਆ ਪਹਿਲਾਂ ਤਾਂ ਤੁਸੀਂ ਇਹ ਚੈੱਕ ਕਰ ਲਓ ਜਿਨ੍ਹਾਂ ਨੇ ਪੁਰਾਣੇ ਆਪਣੇ ਕੋਰਸ ਨੂੰ ਲੈ ਕੇ ਐਸਐਸਟੀ ਦੇ ਕੋਰਸ ਨੂੰ ਲੈ ਕੇ 140 ਪਲੱਸ ਅੰਕ ਪ੍ਰਾਪਤ ਕੀਤੇ ਸੀ ਤਾਂ ਪਹਿਲਾਂ ਮੈਂ ਉਹਨਾਂ ਦੇ ਸਬੂਤ ਦਿਖਾ ਦਿੰਦਾ ਪਹਿਲਾਂ ਵੀ ਤੁਹਾਨੂੰ ਇੱਕ ਵੀਡੀਓ ਚ ਦਿਖਾਈ ਸੀ ਤੁਸੀਂ ਦੇਖ ਸਕਦੇ ਹੋ ਸੰਜੇ ਸੰਜੇ ਨੇ ਜਿਹੜਾ ਆਪਣਾ ਕੋਰਸ ਲਿਆ ਸੀ 145 ਐਸਐਸਟੀ ਦੇ ਵਿੱਚੋਂ ਆਈ ਸੀ ਬੀਸੀ ਦੇ ਵਿੱਚ ਪਿਛਲੇ ਜਿਹੜਾ ਐਗਜ਼ਾਮ ਹੋਇਆ ਸੀ ਠੀਕ ਹੈ ਉਸ ਤੋਂ ਬਾਅਦ ਨਵਦੀ ਨਮਨੀਤ ਨੇ ਲਿਆ ਸੀ ਕੋਰਸ ਠੀਕ ਹੈ ਆਪਣਾ 140 ਅੰਕ ਆਏ ਸੀ ਐਸਐਸਟੀ ਦੇ ਵਿੱਚੋਂ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਲਾਪ੍ਰੀਤ ਨੇ ਕੋਰਸ ਲਿਆ ਸੀ ਤੁਸੀਂ ਦੇਖ ਸਕਦੇ ਹੋ ਲਿਖਿਆ ਇਹਨਾਂ ਨੇ ਗੁੱਡ ਮਾਰਨਿੰਗ ਸਰ ਲਾਪ ਕਾਈਸੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅ ਬੀਸੀ ਐਸਐਸਟੀ ਦੇ ਵਿੱਚੋਂ ਇਹ ਨੰਬਰ ਇਹ ਹੋਰ ਨਾਮ ਹੈ ਇਹਨਾਂ ਦੀ ਵੀ 145 ਆਈ ਸੀ ਠੀਕ ਹੈ ਇਹਨਾਂ ਦਾ ਨਾਮ ਉੱਪਰ ਲਿਖਿਆ ਹੋਊਗਾ ਸ਼ਾਇਦ ਮੈਂਸ਼ਨ ਨਹੀਂ ਕੀਤਾ ਠੀਕ ਹੈ ਉਸ ਤੋਂ ਬਾਅਦ ਸੈਕੰਡ ਬੈਚ ਚੱਲ ਰਿਹਾ ਸੀ ਆਪਣਾ 24 ਨੰਬਰ ਪੇਡ ਕਲਾਸ ਦਾ ਸਟੂਡੈਂਟ ਸੀ ਠੀਕ ਹੈ ਤਾਂ ਇੰਦਰਜੀਤ ਕੌਰ ਸੀ 141 ਮਾਰਕਸ ਆਏ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਹੋਰ ਸਟੂਡੈਂਟ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਮਨਜੀਤ ਕੌਰ ਸੀ 141 ਅੰਕ ਆਏ ਸੀ ਐਸਐਸਟੀ ਦੇ ਵਿੱਚੋਂ ਤੇ ਉਸ ਤੋਂ ਬਾਅਦ ਹੋਰ ਸਟੂਡੈਂਟ ਹੈਗਾ ਤੁਸੀਂ ਦੇਖ ਸਕਦੇ ਹੋ ਕੋਮਲ 141 ਅੰਕ ਠੀਕ ਹੈ ਇਹ ਉਹ ਸਟੂਡੈਂਟ ਹੈ ਜਿਨ੍ਹਾਂ ਨੇ 140 ਪਲੱਸ ਅੰਕ ਆਪਣੇ ਛੋਟੇ ਜਿਹੇ ਕੋਰਸਾਂ ਨੂੰ ਬਿਲਕੁਲ ਘੱਟ ਫੀਸ ਵਾਲੇ ਕੋਰਸਾਂ ਨੂੰ ਫੋਲੋ ਕਰਕੇ ਪ੍ਰਾਪਤ ਕੀਤੇ ਸੀ ਪੰਜਾਬੀ ਬਾਰੇ ਵੀ ਦੱਸੂਗਾ ਪੰਜਾਬੀ ਦੇ ਵੀ ਤੁਸੀਂ 140 ਪਲੱਸ ਕਿਵੇਂ ਲੈਣੇ ਆ ਹੁਣ ਮੈਂ ਜਿਆਦਾ ਤੁਹਾਨੂੰ ਡਿਟੇਲ ਚ ਨਹੀਂ ਜਾਵਾਂਗਾ ਬਸ ਤਾਂ ਹੋਰ ਵੀ ਮੇਰੇ ਕੋਲੇ ਪ੍ਰੂਫ ਹੈਗੇ ਕਿ ਜਿਨ੍ਹਾਂ ਨੇ 130 ਪਲੱਸ ਲਏ ਨੇ ਆ ਦੇਖੋ 130 ਪਲੱਸ ਵਾਲੇ ਬਹੁਤ ਸਾਰੇ ਸਟੂਡੈਂਟ ਹੈ ਜਿਨ੍ਹਾਂ ਨੇ ਆਪਣੇ ਕੋਰਸ ਲੈ ਕੇ 130 ਪਲੱਸ ਅੰਕ ਲਏ ਸੀ ਇੱਕ ਕਰ ਮੈਂ ਥੋੜਾ ਜਲਦੀ ਜਲਦੀ ਦਿਖਾ ਦਿੰਦਾ ਟਾਈਮ ਬਹੁਤ ਘੱਟ ਹੈ ਕਿਉਂਕਿ ਪੇਪਰ ਦੀ ਤ ਠੀਕ ਹੈ ਤਾਂ 130 ਜਗ੍ਹਾ ਠੀਕ ਹੈ ਇਸ ਤਰ੍ਹਾਂ ਇਹ ਕਾਫੀ ਜੜਾ ਸਟੂਡੈਂਟ ਨੇ ਜਿਨ੍ਹਾਂ ਨੇ ਆਪਣੇ ਕੋਰਸ ਤੋਂ ਤਿਆਰੀ ਕੀਤੀ ਸੀ ਜਿਹੜਾ ਕਿ ਤਿੰਨ ਕੋਰਸ ਤੁਹਾਨੂੰ ਦੇ ਰਹੇ ਆਪਾਂ ਪੰਜਾਬ ਹਿਸਟਰੀ ਦਾ ਪੋਲੀਟੀਕਲ ਦਾ ਐਂਡ ਇੰਡੀਅਨ ਹਿਸਟਰੀ ਦਾ ਠੀਕ ਹੈ ਵਰਲਡ ਹਿਸਟਰੀ ਦਾ ਟੌਪਿਕ ਛੱਡ ਕੇ ਤਿੰਨ ਕੋਰਸਾਂ ਦੀ ਤਿਆਰੀ ਨਾਲ ਹੀ ਤੁਸੀਂ ਜਿਹੜੀ ਬੈਸਟ ਤਰੀਕੇ ਨਾਲ 140 ਪਲੱਸ ਅੰਕ ਲੈ ਸਕਦੇ ਹੋ ਹੁਣ ਉਹ ਤਿੰਨ ਕੋਰਸ ਕਿਵੇਂ ਬਾਈ ਕਰਨੇ ਆ ਕਿੱਥੋਂ ਲੈ ਸਕਦੇ ਹੋ ਸਰਪਤਾਂ ਨੂੰ ਤੁਹਾਨੂੰ ਦੱਸ ਦਿੰਦਾ ਤੁਸੀਂ ਦੇਖ ਸਕਦੇ ਹੋ ਇਹ ਕੋਰਸਾਂ ਬਾਰੇ ਉਹਨਾਂ ਵਿੱਚ ਮਟੀਰੀਅਲ ਕੀ ਹੈ ਮੈਂ ਉਹ ਵੀ ਤੁਹਾਨੂੰ ਇੱਕ ਵਾਰ ਸਮਝਾ ਦਿੰਦਾ ਹੁਣ ਤੁਸੀਂ ਦੇਖ ਸਕਦੇ ਹੋ ਇਹ ਕੋਰਸ ਨੇ ਜਿਹੜੇ ਆਪਣੇ ਐਪ MSW ਉੱਪਰ ਨੇ ਠੀਕ ਹੈ ਐਪ MSW ਸਟਡੀ ਐਪ MSW ਸਟਡੀ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਲਿਓ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਤੁਹਾਨੂੰ ਲਿੰਕ ਵੀ ਮਿਲ ਜਾਊਗਾ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਰਸ ਤੁਹਾਨੂੰ SST ਵਾਸਤੇ ਹੈ ਇੰਡੀਅਨ ਹਿਸਟਰੀ ਦਾ 500 ਦਾ ਕੋਰਸ ਹੈ ਇੰਡੀਅਨ ਹਿਸਟਰੀ ਦਾ ਇਸ ਦੀਆਂ ਫ੍ਰੀ ਵੀਡੀਓ ਲੈਕਚਰ YouTube ਤੇ 78 ਲੈਕਚਰ ਪਏ ਉੱਥੋਂ ਦੇਖ ਕੇ ਵੀ ਤਿਆਰੀ ਕਰ ਸਕਦੇ ਹੋ ਪਰ ਇਹ 500 ਵਾਲਾ PDF ਦਾ ਜਿਹੜਾ ਨੋਟਸ ਦਾ ਇੱਕ ਕੋਰਸ ਹੈ ਇਹ ਲੈ ਕੇ ਤੁਸੀਂ ਕਿਉਂਕਿ ਸਮਾਂ ਬਹੁਤ ਘੱਟ ਆ ਵੀਡੀਓ 78 ਦੇਖਣੀ ਬਹੁਤ ਮੁਸ਼ਕਲ ਹੈ ਇਸ ਲਈ 500 ਵਾਲਾ ਕੋਰਸ ਲੈ ਕੇ ਤੁਸੀਂ ਸਾਰੇ ਕੁਐਸਚਨ ਜਿੰਨੇ ਹੈਗੇ ਬਣੇ ਹੋਏ ਰੀਡ ਕਰ ਲਿਓ ਵਿਦ ਆਨਸਰ ਕੀ ਵਿਦ ਫੈਕਟ ਤਾਂ ਤੁਹਾਡਾ ਜਿਹੜਾ ਇੰਡੀਅਨ ਹਿਸਟਰੀ ਦਾ ਕੰਮ ਤਮਾਮ ਹੋ ਜਾਊਗਾ ਤੇ ਉਸ ਤੋਂ ਬਾਅਦ ਪੰਜਾਬ ਹਿਸਟਰੀ ਪੰਜਾਬ ਹਿਸਟਰੀ ਦਾ 300 ਦਾ ਕੋਰਸ ਹੈ ਠੀਕ ਹੈ ਜਿਸ ਦੇ ਵਿੱਚ ਤੁਹਾਨੂੰ ਥਿਉਰੀ ਕਲਾਸਾਂ ਵੀਡੀਓ ਲੈਕਚਰ ਮਿਲਣਗੇ ਇਸ ਨੂੰ ਸਾਰੇ ਨੂੰ ਰੀਡ ਕਰ ਲਓ ਤੁਹਾਡਾ 15 ਚ ਜਿਹੜੇ 20 ਨੰਬਰ ਪੰਜਾਬ ਹਿਸਟਰੀ ਦੇ ਪੱਕੇ ਹੋ ਜਾਣਗੇ ਉਸ ਤੋਂ ਬਾਅਦ ਪੋਲੀਟੀਕਲ ਪੋਲੀਟੀਕਲ ਦਾ ਵੀ ਰਿਕਵਰਟਰ ਕੋਰਸ ਆਇਆ ਠੀਕ ਹੈ ਜਿਸ ਦੇ ਵਿੱਚ ਤੁਹਾਡੀ 75 ਨੰਬਰਾਂ ਦੀ ਪੋਲੀਟੀਕਲ ਪੁੱਛੀ ਜਾਂਦੀ ਹੈ ਸਾਰੀ ਦੀ ਸਾਰੀ ਕੰਪਲੀਟ ਹੁੰਦੀ ਹੈ ਇੱਕ ਇੱਕ ਟਾਪਿਕ ਕਰਾਇਆ ਹੋਇਆ ਠੀਕ ਹੈ ਉਹ ਟਾਪਿਕ ਕਿਵੇਂ ਕਰਾਇਆ ਹੋਈ ਸੁਣੂ ਮੈਂ ਦਿਖਾਉਣਾ ਜਿਵੇਂ ਗੱਲ ਕਰ ਲਈ ਆਪਾਂ ਪੋਲੀਟੀਕਲ ਦੇ ਟਾਪਿਕ ਠੀਕ ਹੈ ਇੱਕ ਵਾਰ ਮੈਂ ਸੁਣ ਦਿਖਾ ਦਨਾ ਪੋਲੀਟੀਕਲ ਦੇ ਟਾਪਿਕਾਂ ਦੇ ਵਿੱਚ ਕੀ ਕੀ ਆਪਾਂ ਕਰਾਇਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪੋਲੀਟੀਕਲ ਦਾ ਕੋਰਸ ਹੈ ਦੇਖੋ ਸਰਕਾਰ ਦੇ ਅੰਗ ਇੱਥੋਂ ਆਪਾਂ ਸਟਾਰਟ ਕਰ ਲਈਏ ਇਹ ਇੱਥੋਂ ਸਟਾਰਟ ਕਰ ਲੈਨੇ ਆਪਾਂ ਦੇਖੋ ਇੱਥੋਂ ਸਟਾਰਟ ਕਰ ਲਈਏ ਦੇਖੋ ਕੇਂਦਰ ਸਰਕਾਰ ਲੋਕ ਸਭਾ ਰਾਜ ਸਭਾ ਰਾਸ਼ਟਰਪਤੀ ਠੀਕ ਹੈ ਇਸ ਤਰ੍ਹਾਂ ਬਣਾਏ ਇਹ ਇਸ ਤਰ੍ਹਾਂ ਦੀ ਜਿੰਦਾ ਜਿੰਦਾ ਲੈਕਚਰ ਬਣੀਆਂ ਜਿੰਦਾ ਵੀਡੀਓ ਲੈਕਚਰ ਹੈ ਇਸ ਤਰ੍ਹਾਂ ਪੀਡੀਐਫ ਵੀ ਨੇ ਰਾਜਪਾਲ ਮੁੱਖ ਮੰਤਰੀ ਵਿਧਾਨ ਸਭਾ ਵਿਧਾਨ ਪਰਿਸ਼ਦ ਠੀਕ ਹੈ ਇਸ ਤਰ੍ਹਾਂ ਅੱਗੇ ਹੋਰ ਤੁਸੀਂ ਦੇਖ ਲਓ ਅ ਸੁਪਰੀਮ ਕੋਰਟ ਹਾਈ ਕੋਰਟ ਠੀਕ ਹੈ ਅਧੀਨ ਅਦਾਲਤਾਂ ਐਫ ਆਈਆਰ ਰੇਟਾਂ ਮੌਲਕ ਅਧਿਕਾਰ ਮੌਲਕ ਅਧਿਕਾਰ ਮੌਲਕ ਕਰਤੱਬ ਸੰਯੁਕਤ ਰਾਜ ਅਮਰੀਕਾ ਜੁਨ ਐਜੰਸੀਆਂ ਭਾਰਤੀ ਸੰਘੀ ਵਿਸ਼ਵਤਾ ਸੰਵਿਧਾਨ ਦਾ ਆਰੰਭ ਸੰਵਿਧਾਨ ਸਭਾ ਠੀਕ ਹੈ ਇਹ ਸਾਰੇ ਲਗਭਗ 52 ਲੈਕਚਰ ਹੈ ਇਹਨਾਂ ਦੇ ਵਿੱਚ ਸਾਰੀ ਪੋਲੀਟੀਕਲ 75 ਨੰਬਰ ਦੀ ਕਵਰ ਆ ਤੁਹਾਡੀ ਇੱਕ ਇੱਕ ਚੀਜ਼ ਜਿਹੜਾ ਟੌਪਿਕ ਤੁਹਾਨੂੰ ਮਿਲੇਗਾ ਪਰ ਇਸ ਦੇ ਵਿੱਚ ਕਿਉਂਕਿ ਇਹ ਰਿਕਾਰਡਰ ਲੈਕਚਰ ਹੈ ਜਿਹੜੇ ਕਰੰਟ ਚੀਜ਼ਾਂ ਨੇ ਉਸ ਨੂੰ ਥੋੜੀਆਂ ਮਟੀਆਂ ਆਪ ਅਪਡੇਟ ਕਰਨੀਆਂ ਪੈਣਗੀਆਂ ਠੀਕ ਹੈ ਇਸੇ ਤਰ੍ਹਾਂ ਜਿਹੜਾ ਇੱਕ ਕੋਰਸ ਹੋਰ ਸੀ ਜੋ ਤੁਹਾਨੂੰ ਮ ਜੋ ਇੰਡੀਅਨ ਹਿਸਟਰੀ ਵਾਲਾ ਕੋਰਸ ਆ ਦੇਖੋ ਤੁਹਾਡੇ ਸਲੇਬਸ ਨੂੰ ਚੱਕੋ ਐਸਐਸਟੀ ਵਾਲੇ ਸਲੇਬਸ ਨੂੰ ਚੱਕੋ ਸਲੇਬਸ ਦੇ ਵਿੱਚ ਸਭ ਤੋਂ ਲਿਖਿਆ ਹੜੱਪਾ ਸਭਿਅਤ ਦਾ ਹੜੱਪਾ ਸਭਿਅਤ ਬਾਰੇ ਲਿਖਿਆ ਸਾਰਾ ਪੀਡੀਐਫ ਤੁਹਾਨੂੰ ਮਿਲ ਜੇਗਾ ਆਰੀਆ ਸਭਿਅਤ ਬਾਰੇ ਸਾਰਾ ਪੀਡੀਐਫ ਮਿਲ ਜੇਗਾ ਮੌਰੀਆ ਸਮਰਾਜ ਬਾਰੇ ਬੁੱਧ ਜੈਨ ਧਰਮ ਬਾਰੇ ਠੀਕ ਹੈ ਬਦੇਸ਼ੀ ਹਮਲਾ ਹਮਲੇ ਜਿਹੜੇ ਹੋਏ ਉਹਨਾਂ ਬਾਰੇ ਕਾਫੀ ਲੰਬੀ ਡੀਟੇਲ ਹੈ ਇਹ ਗੁਪਤ ਸਾਮਰਾਜ ਬਾਰੇ ਠੀਕ ਹੈ ਹਰਸ਼ਵਰਧਨ ਜਾਂ ਪੁਸ਼ਯਪਤੀ ਜਿਹੜਾ ਕਾਲ ਠੀਕ ਹੈ ਚਾਲੁਕਿਆ ਵੰਸ਼ ਪਾਲਵ ਵੰਸ਼ ਚੋਲ ਵੰਸ਼ ਸਾਰੇ ਜਿੰਨੇ ਵੰਸ਼ ਨੇ ਉਹ ਸਾਮਰਾਜ ਕਾਫੀ ਵੱਡਾ ਟੌਪਿਕ ਹੈ ইস্ট ਇੰਡੀਆ ਕੰਪਨੀਜ਼ ਕਾਫੀ ਵੱਡਾ ਟੌਪਿਕ ਹੈ ਤਾਂ ਇਹ ਸਾਰੇ ਮਾਸਟਰ ਕੈਡਰ ਦੇ ਅਕੋਰਡਿੰਗ ਇੰਡੀਅਨ ਹਿਸਟਰੀ ਦੇ ਜਿਹੜੇ ਤੁਹਾਨੂੰ ਉੱਥੇ ਪੀਡੀਐਫ ਮਿਲ ਜਾਣਗੇ ਤਾਂ ਇੱਥੋਂ ਤਿਆਰੀ ਕਰ ਸਕਦੇ ਹੋ ਤੇ ਪੰਜਾਬ ਹਿਸਟਰੀ ਤੁਹਾਨੂੰ ਦੱਸਿਆ ਪੰਜਾਬ ਹਿਸਟਰੀ ਦੀ ਕੰਪਲੀਟ ਜਿਹੜੀ 300 ਦਾ ਕੋਰਸ ਹੈ ਇਹ ਤਿੰਨੋਂ ਕੋਰਸ ਤੁਸੀਂ 1800 ਦੇ ਵਿੱਚ ਤੁਹਾਨੂੰ ਮਿਲ ਜਾਣਗੇ ਲਗਭਗ 300 300 500 ਐਂਡ 1000 ਲਗਭਗ 1800 ਦੇ ਕੋਰਸ ਨੇ ਤਿੰਨੋ ਕੋਰਸ ਬਾਈ ਕਰ ਲਓ 140 ਪਲੱਸ ਅੰਕ ਟੋੜੇ ਆ ਜਾਣਗੇ ਸ਼ੌਰਟੀ ਹੈ ਜੇਕਰ ਤੁਸੀਂ ਵਧੀਆ ਤਿਆਰੀ ਕਰੋਗੇ ਰਿਵੀਜ਼ਨ ਕਰੋਗੇ ਠੀਕ ਹੈ ਕੋਰਸ ਬਿਨਾ ਗੱਲ ਤੋਂ ਲੈਣ ਦਾ ਕੋਈ ਫਾਇਦਾ ਨਹੀਂ ਕਿ ਕੋਰਸ ਲੈ ਕੇ ਰੱਖ ਲਿਓ ਉਹਦਾ ਕੋਈ ਫਾਇਦਾ ਨਹੀਂ ਉਹ ਮੈਂ ਸਜੈਸ਼ਨ ਕਰਦਾ ਜੇਕਰ ਪੜੋਗੇ ਤਾਂ ਕੋਰਸ ਲੈ ਲਓ 140 ਪਲੱਸ ਅੰਕ ਟੋੜੇ ਆਉਂਦੀ 100% ਪਿਉਰਿਟੀ ਹੋ ਜਾਏਗੀ ਔਰ ਹੁਣ ਉਸ ਤੋਂ ਮੈਂ ਗੱਲ ਕਰਨਾ ਪੰਜਾਬੀ ਵਾਲਾਂ ਵਾਸਤੇ ਠੀਕ ਹੈ ਐਸਐਸਟੀ ਦਾ ਕੰਮ ਹੋ ਗਿਆ ਪੰਜਾਬੀ ਵਾਲਾਂ ਤੇ ਆਜੋ ਹੁਣ ਪੰਜਾਬੀ ਦੀ ਤਿਆਰੀ ਅਸੀਂ ਕਿਵੇਂ ਕਰਨੀ ਹੈ ਦੇਖੋ ਪੰਜਾਬੀ ਵਾਸਤੇ ਇਹ ਦੋ ਕੋਰਸ ਨੇ ਇੱਕ ਤਾਂ ਆਧੁਨਿਕ ਕਾਬ ਦਾ ਕੋਰਸ ਹੈ ਠੀਕ ਹੈ ਕبھی ਕਵੀਆਂ ਦੀ ਥਿਉਰੀ ਜਿਹਦੇ ਵਿੱਚ ਬਿੱਤ ਪੀਡੀਐਫ ਨੋਟਸ ਤੁਹਾਨੂੰ ਮਿਲਣਗੇ ਆਧੁਨਿਕ ਕਾਬਦਾ ਲਗਭਗ 2025 ਨੰਬਰਾਂ ਦਾ ਸਲੀਪਸ ਤੁਹਾਡਾ ਕਵਰ ਕਰਦਾ ਹੈ ਇਹ ਕੋਰਸ ਇਹ ਕੋਰਸ ਤੁਸੀਂ ਲੈ ਸਕਦੇ ਹੋ 499 ਰੁਪਏ ਦਾ ਕੋਰਸ ਹੈ ਠੀਕ ਹੈ ਔਰ ਇੱਕ 20 ਰੁਪਏ ਵਾਲਾ ਕੋਰਸ ਹੈ ਇਹ ਅੱਜ ਸ਼ਾਮ ਤੱਕ ਇਹ 20 ਰੁਪੀਜ਼ ਦਾ ਹੈ ਅੱਜ ਈਵਨਿੰਗ ਇਹ 100 ਰੁਪਏ ਦਾ ਕੋਰਸ ਹੋ ਜਾਊਗਾ ਜਿਸ ਦੇ ਵਿੱਚ ਕੀ ਹੈ ਅੱਜ ਤੱਕ ਲਗਭਗ 30 ਪੀਡੀਐਫ ਲਗਭਗ ਪਾ ਦਿੱਤੇ ਗਏ ਨੇ ਜੋ ਕਿ ਡੇਲੀ YouTube ਤੇ ਆਪਣੀ ਲਾਈਵ ਕਲਾਸ ਚੱਲਦੀ ਹੈ ਜਿਹਦੇ ਪਾ MCQ ਕਰਾਉਨੇ ਆ ਉਹ MCQ ਸਾਰੇ ਇਸ ਦੇ ਵਿੱਚ ਆਉਂਦੇ ਨੇ ਇਸ ਦੇ ਵਿੱਚ ਡੇਲੀ ਅਪਡੇਟ ਹੁੰਦੇ ਨੇ MCQ ਠੀਕ ਹੈ ਜੋ ਕਿ 20 ਰੁਪਏ ਵਾਲਾ ਕੋ ਇਸ ਲਈ ਇਸ ਕੋਰਸ ਨੂੰ ਜਲਦੀ ਖਰੀਦ ਸਕਦੇ ਹੋ ਤੇ ਇਸ ਕੋਰਸ ਦੇ ਵਿੱਚ ਅ ਸੋਨ ਇੱਕ ਚੀਜ਼ ਹੋਰ ਦੱਸਣਾ ਕਿ ਜਿੰਨੇ MCQ ਮਿਲਣਗੇ ਹਰੇਕ ਦੀ ਅਨਸਰ ਕੀ ਨਾਲ ਲਕੀ ਹੋਏਗੀ ਠੀਕ ਹੈ ਤੇ ਹੁਣ ਪੰਜਾਬੀ ਵਾਸਤੇ ਜੇਕਰ ਤੁਸੀਂ ਇਹ ਨਹੀਂ ਲੈਣਾ ਚਾਹੁੰਦੇ ਠੀਕ ਹੈ ਇੱਕ ਚੀਜ਼ ਹੋਰ ਦੱਸਣਾ ਪੰਜਾਬੀ ਦੀਆਂ 100 ਪਲੱਸ ਕਲਾਸਾਂ ਨੇ 100 ਪਲੱਸ 100 ਪਲੱਸ ਕਲਾਸਾਂ ਬਣੀਆਂ ਉਹ ਇੱਕ ਪਲੇਲਿਸਟ ਹੈ ਇੱਕ ਆਪਣਾ ਦੂਸਰਾ ਆਦਰ ਚੈਨਲ ਹੈ ਤਾਂ ਉਸ ਤੇ 100 ਪਲੱਸ ਕਲਾਸਾਂ ਨੇ ਤਾਂ ਉਸ 100 ਪਲੱਸ ਕਲਾਸਾਂ ਦਾ ਪੰਜਾਬੀ ਮਾਸਟਰ ਕੇਡਰ ਵਾਸਤੇ ਥੱਲੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਵਿੱਚ ਲਿੰਕ ਦਿੱਤਾ ਹੈ ਉਸ ਲਿੰਕ ਤੇ ਕਲਿੱਕ ਕਰੋ 100 ਪਲੱਸ ਕਲਾਸਾਂ ਨੂੰ ਦੇਖੋ ਪੰਜਾਬੀ ਦੇ 140 ਪਲੱਸ ਅੰਕ ਪ੍ਰਾਪਤ ਕਰੋ ਠੀਕ ਹੈ ਤੇ ਇਹ ਦੋਨੇ ਕੋਰਸ ਵੀ ਫੋਲੋ ਕਰ ਲਿਓ ਤੇ ਇਸ ਤੋਂ ਇਲਾਵਾ ਇੱਕ ਆਪਣਾ ਐਪ ਆ ਜਿਹੜਾ ਤੁਹਾਨੂੰ ਦੱਸਦੇ ਜਿੱਥੇ ਸਾਰੇ ਕੋਰਸ ਮਿਲ ਰਹੇ ਆ ਤਾਂ ਉਸ ਨੂੰ ਡਾਊਨਲੋਡ ਕਰਨ ਲਈ ਜਿਹੜਾ ਲਿੰਕ ਆ ਉਹ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਵਿੱਚ ਦਿੱਤਾ ਗਿਆ ਠੀਕ ਹੈ ਉਹ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਵਿੱਚ ਲਿੰਕ ਤੁਹਾਨੂੰ ਦਿੱਤਾ ਗਿਆ ਠੀਕ ਹੈ ਇਸ ਤੋਂ ਇਲਾਵਾ ਡੈਮੋ ਕਲਾਸਾਂ ਤੁਹਾਨੂੰ ਉੱਥੇ ਐਪ ਦੇ ਆ ਕੋਰਸਾਂ 'ਚ ਹੀ ਮਿਲ ਜਾਣਗੀਆਂ ਡੈਮੋ ਕਲਾਸਾਂ ਲੈਣ ਕਿ ਕਿੰਨੇ ਸਟੂਡੈਂਟਾਂ ਨੇ ਆਪਾਂ ਨੂੰ ਕੋਰਸਾਂ ਨੂੰ ਜੁਆਇਨ ਕੀਤਾ ਕਿੰਨੇ ਕਿੰਨੇ ਅੰਕ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਲੈ ਕੇ ਗਏ ਆ ਠੀਕ ਹੈ ਤਾਂ ਬਸ ਤੁਸੀਂ ਇੱਥੋਂ ਹੀ ਰੱਖੋ ਕਿ ਡੈਮੋ ਕਲਾਸ ਦੇਖਣੀ ਤੁਹਾਨੂੰ ਜ਼ਰੂਰਤ ਨਾ ਪੈਗੀ ਬਿਲਕੁਲ ਪਿਓਰ ਪੰਜਾਬੀ ਦੇ ਵਿੱਚ ਸਭ ਨੂੰ ਸਮਝਾਇਆ ਗਿਆ ਇਹ ਨਹੀਂ ਆਈਗਾ ਕਿ ਉੱਥੇ ਆਪਾਂ ਇੰਗਲਿਸ਼ ਬੋਲੀਏ ਜਾਂ ਤੁਹਾਨੂੰ ਕੋਈ ਸਮਝ ਨਹੀਂ ਲੱਗੂ ਹਰ ਇੱਕ ਚੀਜ਼ ਸਮਝ ਲੱਗੇਗੀ ਠੀਕ ਹੈ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿੰਨੇ ਲੋੜਵੰਦ ਸਟੂਡੈਂਟ ਹੈ ਜਿਹੜੇ ਕਿ ਵੱਡੇ ਵੱਡੇ ਕੋਚਿੰਗ ਸੈਂਟਰਾਂ 'ਚ 10000 15000 ਦੇ ਕੇ ਨਹੀਂ ਜਾ ਸਕਦੇ ਠੀਕ ਹੈ 8000 ਦੇ ਕੇ ਨਹੀਂ ਜਾ ਸਕਦੇ ਤਾਂ ਉਹਨਾਂ ਵਾਸਤੇ ਬਹੁਤ ਹੀ ਐਕਸਪੈਂਸਿਵ ਕੋਰਸ ਨੇ ਜਿਹੜੇ ਬਹੁਤ ਹੀ ਘੱਟ ਫੀਸ ਤੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਆਪਣੇ ਦੋਸਤ ਨੇ ਸਾਗੂ ਸਾਗੂ ਇਕਵਾਲ ਹੈ ਠੀਕ ਉਹਦਾ YouTube ਚੈਨਲ ਵੀ ਹੈ YouTube ਚੈਨਲ ਤੇ ਜਾ ਕੇ ਤੁਸੀਂ ਉਹਨਾਂ ਦੀਆਂ ਵੀਡੀਓ ਦੇਖੋ ਪੰਜਾਬੀ ਮਾਸਟਰ ਕਿੱਦੇ ਵਾਸਤੇ ਤੇ ਉਹਨਾਂ ਦੀ ਇੱਕ ਬੁੱਕ ਆਉਂਦੀ ਹੈ ਸਾਗੂ ਇਕਵਾਲ ਦੀ ਠੀਕ ਹੈ ਪੰਜਾਬੀ ਦੀ ਤਾਂ ਉਹ ਬੁੱਕ ਤੁਸੀਂ ਮੰਗਵਾ ਸਕਦੇ ਹੋ ਜਿੰਨਾਂ ਕੋਲ ਟਾਈਮ ਹੈਗਾ ਹੁਣ ਵੀ ਮੰਗਵਾ ਕੇ ਉਹ ਬੁੱਕ ਪੜ੍ਹ ਸਕਦੇ ਹੋ ਲਗਭਗ 4000 ਉਸੇ ਪ੍ਰਸ਼ਨ ਉੱਤਰ ਹੈਗੇ ਆ ਤਾਂ ਉਹ ਬੁੱਕ ਵੀ ਪੜ੍ਹ ਕੇ ਤੁਸੀਂ ਪੰਜਾਬੀ ਦਾ ਕੰਮ ਕਰ ਸਕਦੇ ਹੋ ਠੀਕ ਹੈ ਪੰਜਾਬੀ ਦਾ ਤੁਸੀਂ ਫਾਈਨਲ ਕਰ ਸਕਦੇ ਹੋ ਪੇਪਰ ਤਾਂ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਤਾਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ ਸੋ ਵੈਸਟਪ ਲੱਕ ਦਾ ਸਾਰਿਆਂ ਲਈ ਬਿਲਕੁਲ ਅਫੀਸ਼ੀਅਲ ਡੇਟ ਅਨਾਉਂਸ ਕੀਤੀ ਗਈ ਹੈ ਇਹ ਹਾਂ ਅਗਰ ਹੋ ਸਕੇ ਇੱਕ ਦਵਾ ਬਣਾਓ ਕਿ ਪੰਜਾਬੀ ਤੇ ਜਿਹੜਾ ਐਸਐਸਟੀ ਦੇ ਪੇਪਰ ਦੀ ਤਰੀਕ ਆ ਜਿਹੜੀ ਇੱਕ ਦਿਨ ਹੀ ਦਿੱਤੀ ਹੈ ਤਾਂ ਉਸ ਨੂੰ ਕਿਸੇ ਇੱਕ ਪੇਪਰ ਚਾਹੇ ਸੋਸ਼ਲ ਸਟਡੀ ਦੀ ਚਾਹੇ ਪੰਜਾਬੀ ਦੀ ਇੱਕ ਦੀ ਡੇਟ ਚੇਂਜ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਠੀਕ ਹੈ ਜੀ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਲਾਈਕ ਕਰਿਓ ਸ਼ੇਅਰ ਕਰਿਓ ਕੋਈ ਵੀ ਇਨਫੋ ਹੋਈ ਤਾਂ ਇੱਕ ਮੈਂ ਤੁਹਾਨੂੰ ਨੰਬਰ ਦਿੰਦਾ ਠੀਕ ਹੈ 98787 31752 ਇਸ ਤੇ ਤੁਸੀਂ whatsapp ਇਸੇ ਮਸ ਕਰ ਲਿਓ ਤੇ ਕਾਲ ਵੀ ਕਰ ਸਕਦੇ ਹੋ ਫੁੱਲ ਐਂਡ ਫੋਲੀ ਓਕੇ ਜੀ ਬਾਏ ਬਾਏ ਟੇਕ ਕੇਅਰ